ਤੁਹਾਡਾ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪਿਆਰੀ ਚੈਨਲ ਹਿੰਦ ਪੰਜਾਬ ਤੇ ਸੁਆਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕਰਨ ਲਈ ਕੱਲ ਮੈਂ ਇੱਕ ਟੀਵੀ ਚੈਨਲ ਤੇ ਡਿਬੇਟ ਦੇਖ ਰਿਹਾ ਸੀ ਜਿੱਥੇ ਬਾਦਲ ਪਰਿਵਾਰ اور ਅਕਾਲੀ ਪੋਲਿਟਿਕਸ ਨੂੰ ਡਿਸਕਸ ਕੀਤਾ ਜਾ ਰਿਹਾ ਸੀ ਬੜੇ ਵਿਦਵਾਨ ਤਿੰਨ ਸੱਜਣ ਉਸ ਪੈਨਲ ਤੇ ਬੈਠੇ ਸਨ ਮੌਤ ਕੋ ਚੋਨਾ ਨੇ ਦੱਸਿਆ ਬਾਦਲਾਂ ਬਾਰੇ ਕੀ ਕੀ ਇਹਨਾਂ ਨੇ ਕੌਮਲੀ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਕਿਵੇਂ ਕਿਵੇਂ ਨਗਾਰਾਉਂਦਾ ਗਿਆ ਕਿਵੇਂ ਪੰਜਾਬ ਪਾਈ ਪਟਿਆਦਾਬਾਦ ਪੈਦਾ ਹੋ ਗਿਆ ਜੋ ਉਹਦੇ ਜੋ ਪੋਸਟਾਂ ਸਭ ਆਪਣੇ ਰਿਸ਼ਤੇਦਾਰਾਂ ਨੂੰ ਕਿਤੇ ਨਹੀਂ ਵੀ ਦੱਸਿਆ ਕਿ ਇੱਕ ਜ਼ਮਾਨੇ 'ਚ ਇਹਨਾਂ ਵਿਧੇ ਮੰਤਰੀ ਆਪਣੇ ਪਰਿਵਾਰ ਦੇ ਹੀ ਹੁੰਦੇ ਸੀ ਜਾਂ ਰਿਸ਼ਤੇਦਾਰ ਜਾਂ ਕਰੀਬੀ ਉਸ ਤੋਂ ਬਾਅਦ ਜਿੰਨੇ ਔਰਿਆਂ ਤੇ ਅਫਸਰ ਲਾਏ ਜਾਂਦੇ ਸੀ ਉਹ ਵੀ ਸਾਰੇ ਕਿਤੇ ਨਾ ਕਿਤੇ ਰਿਸ਼ਤੇਦਾਰੀ ਤੋਂ ਲੱਭ ਕੇ ਲਾਏ ਜਾਂਦੇ ਸੀ ਮਤਲਬ ਇੱਕ ਤਰੀਕੇ ਨਾਲ ਇੱਕ ਪਰਿਵਾਰ ਨੇ ਪੂਰੇ ਪੰਜਾਬ ਤੇ ਕਬਜ਼ਾ ਕਰ ਲਿਆ ਇਹ ਗੱਲਾਂ ਵੀ ਡਿਸਕਸ ਹੋਈਆਂ ਨਾਲ ਦੀ ਨਾਲ ਕਿਵੇਂ ਬਿਊਰੋਕ੍ਰੇਸੀ ਦਾ ਕਹਾਣ ਕੀਤਾ ਬਾਦਲਾ ਨੇ ਉਹ ਵੀ ਡਿਸਕਸ ਕੀਤਾ ਕਿ ਕਿਸ ਤਰ੍ਹਾਂ ਐਮਐਲਏ ਨੂੰ ਕਹਿ ਦਿੱਤਾ ਕਿ ਤੁਹਾਨੂੰ ਜਿਹੜਾ ਐਸਐਸਪੀ ਚਾਹੀਦਾ ਜਿਹੜਾ ਡੀసీపీ ਚਾਹੀਦਾ ਜਿਹੜਾ ਡੀਐਸਪੀ ਚਾਹੀਦਾ ਉਹ ਦੱਸੋ ਉਹ ਲਾ ਦਿੱਤਾ ਜਾਂਦਾ ਸੀ ਤੇ ਉਦੋਂ ਬਾਅਦ ਕੋਈ ਪੰਜਾਬ ਦਾ ਡੀਰੀ ਕੋਈ ਹੋਮ ਮਿਨਿਸਟਰ ਉਸका ਮਰਦਾ ਕਰਨੀ ਸੀ ਦਿੰਦਾ ਉਹ ਐਸਟਪੀਐਸਪੀ ਤੇ ਡੀਐਸਪੀ ਇਹ ਐਮਐਲਏ ਦੇ غلام ਬਣ ਕੇ ਰਾਜਾਂਦੇ ਸੀ ਜਿਵੇਂ ਐਮਐਲਏ ਕਹਦਾ ਸੀ ਉਵੇਂ ਕਰਦੇ ਸੀ ਕਾਨੂੰਨ ਵਿਵਸਥਾ ਰੂਲਸ ਰੈਗੂਲੇਸ਼ਨ ਸਾਰੇ ਠੱਕਿਆਂ ਤੇ ਟੰਗ ਦਿੱਤੇ ਗਏ ਤੇ ਐਮਐਲਏ ਜਿਹੜੇ ਸੀ ਉਹ ਪਰਪਲ ਹੋ ਗਏ ਇਤੋਂ ਤੱਕ ਵੀ ਦੱਸਿਆ ਗਿਆ ਕਿ ਜਿੰਨਾ ਪੈਸਾ ਇਹ ਕਟਿਆ ਕਰਦੇ ਸੀ ਸਰਕਾਰੀ ਮੁਲਾਜ਼ਮ ਰੈਵਿਨਿਊ ਦੇ ਹੋਣ ਪੁਲਿਸ ਦੇ ਹੋਣ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੋਣ ਇਹ ਇੱਕ ਵੱਡਾ ਹਿੱਸਾ ਮੈਲੂ ਨੂੰ ਦੇਦੇ ਸੀ ਤੇ ਐਮਐਲਓ ਹਿੱਸਾ ਆ ਕੇ ਬਾਦਲ ਪਰਿਵਾਰ ਤੱਕ ਪਹੁੰਚਾਉਦਾ ਸੀ ਇਹੋ ਜਿਹੀਆਂ ਗੱਲਾਂ ਵੀ ਲੋਕਾਂ ਨੇ ਕੀਤੀਆਂ ਫਿਰ ਲੋਕਾਂ ਨੇ ਚਿੱਟੇ ਦੀ ਗੱਲ ਕੀਤੀ ਕਿ ਕਿਵੇਂ ਚਿੱਟੇ ਦਾ ਕਹਿਰ ਪੰਜਾਬ 'ਚ ਵਰਤੇ ਆ ਲੇਕਿਨ ਉਹਦੇ ਚ ਉਹਨਾਂ ਨੇ ਕਿਹਾ ਕਈ ਹੋਰ ਵੀ ਲੀਡਰ ਸ਼ਾਮਲ ਸੀ ਦੂਸਰੀਆਂ ਪਾਰਟੀਆਂ ਦੇ ਵੀ ਔਰ ਇਹ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਜਿਹੜਾ ਪੰਜਾਬ ਨੂੰ ਨੁਕਸਾਨ ਹੋਇਆ ਇਤੋਂ ਦੀ ਪ੍ਰਾਂਚਲ ਪਾਵਰ 프리 ਬਿਜੜਣੀਆਂ ਸ਼ੁਰੂ ਕੀਤੀਆਂ ਧੀਰੇ ਧੀਰੇ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਚਲਾ ਰਹੀ ਆ ਬੱਚਾ ਦਾ ਮੁਫਤ ਸਫਰ ਔਰਤਾ ਲਈ ਬਿਜਲੀ ਸਸਤੀ ਇਹ ਵੋ ਸਾਰਾ ਕਿਸਾਨ ਲਈ ਬਿਜਲੀ ਮਾਪ ਡੀਜ਼ਲ ਦੇ ਰੇਟ ਕੱਟੇ ਹੋਈਆਂ ਗੱਲਾਂ ਵੀ ਕੀਤੀਆਂ ਕਿ ਬਾਦਲਾਂ ਨੇ ਆਪਣੀ ਪਪੂਲਰਟੀ ਬਣਾਈ ਰੱਖਣ ਲਈ ਸਰਕਾਰ ਦੇ ਕਦਰ ਨੀ ਦਾ ਸਤਿਆਨਾਸ ਕਰ ਦਿੱਤਾ ਤੋ ਇਹ ਸਾਰੀਆਂ ਗੱਲਾਂ ਹੋਈਆਂ ਔਰ ਉਹਦੇ 'ਚ ਕਾਫੀ ਸਾਰੀਆਂ ਗੱਲਾਂ ਸੱਚ ਵੀ ਆ ਪਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਪੰਜ ਜੇ ਇਹਨੂੰ ਦੂਜੇ ਤਰੀਕੇ ਨਾਲ ਕਹਣਾ ਹੋਵੇ ਬਾਦਲਾਂ ਨੇ ਕੋਈ ਨਾ ਕੋ ਸਾਰਾ ਪੰਜਾਬ ਨੂੰ ਦਿੱਤਾ ਬੇਰੋਜ਼ਗਾਰੀ ਪਾਈਪਤੀ ਜਾਬਾਦ ਕਿਸ਼ਵਤ ਰਿਸ਼ਵਤ ਇਹ ਸਾਰਾ ਕੁਝ ਦਿੱਤਾ ਬਾਦਲਾਂ ਨੇ ਪੰਜਾਬ ਨੂੰ ਬੜੀ ਵੱਡੀ ਕੰਟਰੀਬਿਊਸ਼ਨ ਨਾਲ ਦੀ ਪੰਜਾਬ ਦਾ ਸੱਤਿਆਨਾਸ ਕਰਨ ਲਈ ਲੇਕਿਨ ਫਾਕ ਤੋਂ ਵੱਡਾ ਕਲਸ ਰਾਤੋਬਾ ਦਾ ਗ੍ਰਹਿਣ ਜਿਹੜਾ ਬਾਦਲਾਂ ਨੇ ਪੰਜਾਬ ਨੂੰ ਲਾਇਆ ਉਹ ਸੀ ਗੈਂਗਸਟਰਵਾਦ ਦਾ ਗ੍ਰਹਿਣ ਉਹਦੇ ਚ ਸਭ ਤੋਂ ਵੱਡੀ ਦੇਣ ਬਾਦਲਾਂ ਦੀ ਪੰਜਾਬ ਨੂੰ ਆਇਆ ਲਾਰੈਂਸ ਬਿਸ਼ਨੋਈ ਤੇ ਉਹਦਾ ਗੈਂਗ ਸਟੂਡੈਂਟ ਪੋਲਿਟਿਕਸ ਧੱਕਾਲਾ ਅੰਦਾਜ਼ ਦੀ ਕਰਨ ਦਾ ਇੰਨਾ ਵੱਡਾ ਖਮਿਆਜਾ ਪੰਜਾਬ ਨੂੰ ਭੁਗਤਣਾ ਪਏਗਾ ਇਸੇ ਰਾਤਾ ਬਾਦਲਾਂ ਨੇ ਸੋਚਿਆ ਉਹਨਾਂ ਨਾਲ ਉਹਨਾਂ ਦੇ ਪਿਤਾ ਪੁਰਖਾਂ ਨੇ ਤੇ ਨਾਲ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਨੇ ਸੋਚਿਆ ਉਹਨਾਂ ਕਾਲਜ ਜਦੋਂ ਪੰਜਾਬ ਦਾ ਇਤਿਹਾਸ ਲਿਖਿਆ ਜਾਏਗਾ ਕੋ ਪੁੱਛੇਗਾ ਬਾਗਲਾ ਨੇ ਸਭ ਤੋਂ ਵੱਡੀ ਚੀਜ਼ ਪੰਜਾਬ ਨੂੰ ਕੀ ਦਿੱਤੀ ਤਾਂ ਮੇਰੇ ਧਾਰਨਾ ਸਵਾਲ ਲੈ ਕੇ ਕੀ ਕੋ ਆਏਗਾ ਇਹਨਾਂ ਨੇ ਪੰਜਾਬ ਨੂੰ ਲਾਰਟ ਮਿਸ਼ਨੂ ਹੀ ਦਿੱਤਾ ਦੋਸਤੋ ਅੱਜ ਜੋ ਆਦਮੀ ਕਹ ਰਿਹਾ 700 ਤੋਂ ਜ਼ਿਆਦਾ ਨੌਜਵਾਨ ਉਹਦੀ ਆਰਮੀ ਇੱਥੇ ਦੁਨੀਆ ਦੇ 180 ਦੇਸ਼ਾਂ ਤੋਂ ਦੇ ਸੋਸ਼ਲ ਮੀਡੀਆ ਸੈੱਲ ਕੰਮ ਕਰ ਰਹੇ ਆ 500 ਕਰੋੜ ਦੀ ਫਰੋਤੀ ਹਰ ਮਹੀਨੇ ਇਕੱਠੀ ਕੀਤੀ ਜਾ ਰਹੀ ਹੈ ਹਜ਼ਾਰ ਦੀ ਵੀ ਹੋ ਸਕਦੀ ਆ ਨੇਗੁਨਾ ਦੇ ਕਤਲ ਕੀਤੇ ਜਾ ਰਿਆ ਹਾਈ ਐਂਡ ਅਸੈਸਿਨੇਸ਼ਨਸ ਕੀਤੀਆਂ ਜਾ ਰਹੀਆਂ ਇਹਦੀ ਸ਼ੁਰੂਆਤ ਸਾਰੀ ਬਾਦਲਾਂ ਦੇ ਝੋਲੀਚੋ ਹੋਈ ਸੀ ਢੀ ਵੀ ਕੋਲੇ ਦੇਖੋ ਪ੍ਰਪ ਪਾਲਤਵੰਤ ਪੜਨ ਵਾਲਾ ਵਿਦਿਆਰਥੀ ਜਿਹਨੇ ਅਜੇ ਦੁਨੀਆ ਦੇ ਕੀ ਨਹੀਂ ਧੁੰਦ ਤੇ ਦੱਡ ਡਗੇ ਨਹੀਂ ਉਹ ਬੰਦਿਆਂ ਨੂੰ ਤੁਸੀਂ ਆਪਣੇ ਨੇੜੇ ਲਾ ਲਿਆ ਉਹਦਾ ਇੱਕ ਲੀਡਰ ਵਿੱਕੀ ਮਡੂ ਕਿਹੜਾ ਉਹਦੇ ਨਾਲ ਪਟਿਆਲ ਉਹਦੇ ਨਾਲ ਮਲਤਾਨੀ ਪੈਨਲ ਦੀ ਨਾਲੇ 골ਟੀ ਬਰਾੜ ਇਹ ਸਾਰੇ ਇਕੱਠੇ ਹੀ ਕੋਈ ਸਾਲ ਲੱਗੇ ਪਰਦਾ ਸੀ ਕੋਈ ਜੂਨੀਅਰ ਸੀ ਤੇ ਵਿਕੇ ਮਢੋ ਕਿਹੜਾ ਇਨਾਦਾ ਲੀਡਰ ਸੀ ਜਿਹੜਾ ਬਾਦਲਾਂ ਦਾ ਖਾਸ ਆਦਮੀ ਸੀ ਕਿਹਾ ਜਾਂਦਾ ਸੀ ਕਿ ਉਹ ਹਾਲਾਂਕਿ ਕੋਈ ਰਿਸ਼ਤੇਦਾਰੀ ਨਹੀਂ ਪਰ ਉਹ ਬਾਦਲਾਂ ਦਾ ਰਿਸ਼ਤੇਦਾਰ ਸੀ ਕਿਹੜੀ ਰਿਸ਼ਤੇਦਾਰੀ ਸੀ ਪਤਾ ਨਹੀਂ ਜੜਾ ਕਰੀਬ ਦੇ ਵੀ ਉਹਨੂੰ ਰਿਸ਼ਤੇਦਾਰੀ ਕਹਿ ਦਿੰਦੇ ਸੋ ਉਸ ਬੰਦੇ ਨੇ ਇਹ ਸਾਰੀ ਕੰਡਾਲ ਚੌਕੜੀ ਆਪਣੇ ਆਲੇ ਦਾਲੇ ਇਕੱਠੀ ਕੀਤੀ ਤੇ ਲੀਡਰ ਬਣ ਗਿਆ ਜਿਹੜੇ ਕੰਮ ਬਾਦਲਾਂ ਨੇ ਆਪਣੇ ਗਲਤ ਤਰੀਕੇ ਨਾਲ ਕਰਾੜੇ ਹੁੰਦੇ ਸੀ ਜਿਹੜੇ ਪੁਲਿਸ ਨੂੰ ਨਹੀਂ ਸੀ ਕਹਣੇ ਕਿ ਤੇ ਨਹੀਂ ਸੀ ਕਹਣੇ ਉਹ ਇਸ ਗਾਂ ਤੋਂ ਕਰਾ ਲੈਂਦੇ ਸ਼ੁਰੂਆਤੀ ਦਿਨਾਂ ਚ ਇਹਨਾਂ ਨੇ ਛੋਟੀਆਂ ਮੋਟੀਆਂ ਫਰਾਤੀਆਂ ਮੰਗਣੇ ਛੜੂ ਕੀਤੀਆਂ ਹੋਟਲਾਂ ਵਾਲਿਆਂ ਤੋਂ ਰੈਸਟੋਰੈਂਟ ਵਾਲਿਆਂ ਤੋਂ ਗੈਸਟ ਹਾਊਸ ਵਾਲਿਆਂ ਤੋਂ ਸੜਿਆਰੇ ਤੋਂ ਕਲਾ ਬਚਾਉਣ ਵਾਲਿਆਂ ਤੋਂ ਤੇ ਨਾਲ ਸ਼ੁਰੂ ਕਰ ਲਿਆ ਮੰਤਰਾਂ ਦਾ ਧੰਦਾ ਟਕੜੇ ਟਕੜੇ ਮੁੰਡੇ ਲੱਭ ਕੇ ਉਹਨਾਂ ਨੂੰ ਮਸਲ ਤਗਾ ਕੇ ਉਹਨਾਂ ਤੇ ਆਟਾ ਨਾਈਟ ਸਪੋਰਟਸ ਤੇ ਲਾਤੇ ਤੇ ਆਪਣਾ ਦਾਦਾ ਗਰੀ ਦਾ ਘੇਰਾ ਬਣਾਉਣਾ ਸ਼ੁਰੂ ਕੀਤਾ ਉਹ ਜ਼ਮਾਨੇ 'ਚ ਜਦੋਂ ਲੋਕਾਂ ਨੇ ਫਰੋਟੀਆਂ ਫੁਲਤੀਆਂ ਦੀਆਂ ਗੱਲਾਂ ਕਦੇ ਕਦੇ ਸੁਣ ਨੂੰ ਮਿਲਦੀਆਂ ਸੀ ਚੌਧਰੀਏ ਦੇ ਚੰਦਾਂ ਕੋਲ ਲੱਭਦੀਆਂ ਸੀ ਉਹ ਲੋਕਾਂ ਦੇ ਬੜਾ ਵੱਡਾ ਨੈਟਵਰਕ ਆਪਣਾ ਹਫ਼ਤਾ ਇਕੱਠਾ ਕਰਨ ਦਾ ਹਰ ਮਹੀਨੇ ਇਹਨਾਂ ਨੇ ਸ਼ੁਰੂ ਕਰ ਲਿਆ ਔਰ ਬਾਦਲਾਂ ਨੇ ਦੇਖ ਕੇ ਹਰ ਦੇਖੀ ਕੀਤੀ ਕਿਤੇ ਸੋਨਾਲ ਲੀਡਰ ਦੀ ਕਾਰ ਜੋ ਸਾੜਤੀ ਕਿਤੇ ਨੂੰ ਕੁੱਟਿਆ ਕਿਤੇ ਦੇ ਹੱਥ ਤੋੜਤੇ ਕਿਤੇ ਦੇ ਪੈਰ ਤੋੜਤੇ ਤਰਫ ਕਾਦੇ ਲਈ ਕਿ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਤੇ ਕਬਜ਼ਾ ਕਰਨਾ ਉਹ ਕਬਜ਼ਾ ਕਰਨਾ ਕਿਤੇ ਆ ਕਿਤੇ ਭਾ ਜਿਹੜੀ ਆਪਣੀ ਅਡਿਆਲੋਜੀ ਹੁੰਦੀ ਹੈ ਉਹਦੇ ਆਧਾਰ ਤੇ ਕਰੋ ਸਟੂਡੈਂਟ ਬੇਸ ਬਣਾ ਕੇ ਕਰੋ ਬਰਮਾਚੀਨਾ ਦਾਦਾ ਗਰੀ ਨਾਲ ਮਰ ਪੰਜਾਬ ਯੂਨੀਵਰਸਿਟੀ ਜਲੂਸ ਨਿਕਲਦੀ ਜੀਤ ਉਸ ਜ਼ਮਾਨੇ ਚ ਮਰਸੀਜ਼ ਗੱਡੀਆਂ ਆਉਂਦੀ ਗੱਡੀਆਂ ਹਮਰ ਇਹ ਉਹ ਸਾਰੀਆਂ ਉਹਨਾਂ ਘਾਰਾਂ ਤੇ ਸਟੂਡੈਂਟ ਜਲੂਸ ਕੱਢਦੇ ਤੇ ਆਪਣੀਆਂ ਬੇਰੀ ਰਾਹ ਰੋਬ ਦਕਾਉਂਦੇ ਸਾਰੇ ਖਾਦੀ ਪੀਦੇ ਕਰਾਂਦੇ ਮੁੰਡੇ ਸੀ ਗਰੀਬ ਕੋਈ ਨਹੀਂ ਸੀ ਇਹਨਾਂ ਚ ਜੇ ਲ ਆਪਣਾ ਮਾਰਾ ਮੋਟਾ ਹਲਕਾ ਸੀ ਉਹ ਪੀਓ ਪੁਲਿਸ ਤੇ ਚੰਦਾ ਸੀ ਤੇ ਪੁਲਿਸ ਆਣਾ ਦਾ ਦਬਕਾ ਪੈਸੇ ਨਾਲ ਵੀ ਜ਼ਿਆਦਾ ਹੁੰਦਾ ਤੋ ਇਹ ਖਾਰਾ ਕਾਂਟ ਬਦਲਾ ਨੇ ਕੀਤਾ ਪੰਜਾਬ ਦਾ ਅੱਜ ਖਮਿਆਜਾ ਭੋਗਤਣਾ ਪੈ ਰਿਹਾ ਜਦੋਂ ਪੰਜਾਬ ਦਾ ਕੋਈ ਅਮੀਰ ਆਦਮੀ ਇਹ ਹੋ ਜਾਊਗਾ ਜਿਹਨੂੰ ਸ਼ਾਂਤੀ ਨਾਲ ਨੀਂਦ ਆਉਂਦੀ ਹੋਊਗੀ ਕੋਈ ਸੰਗਰ ਇਹ ਹੋ ਜਾਣਾ ਜਿਹੜਾ ਰਿਆਸਤ ਕਰਨ ਤੋਂ ਪਹਿਲਾਂ ਰੱਬ ਦਾ ਨਾਮ ਨਾ ਲੈਂਦਾ ਹੋਵੇ ਕਿ ਮਰ ਹਾਲਾ ਇੱਕ ਦਿਨੇ ਮੇਰਾ ਨਗਾਦੀ ਇੱਕ ਐਕਸਟਰਾ ਤੋਂ ਮੈਨੂੰ ਬਚਾਈ ਦੇਲਾ ਪੰਜਾਬ ਦੀਆਂ ਭਰ ਗਿਆ ਔਰ ਪੁਲਿਸ ਸਟੇਸ਼ਨ ਥਾਣੇ ਜਿੰਨੀਆਂ ਦੇਲਾ ਭਰਨ ਗਿਆ ਉਹਨੇ ਸਰਕਾਰੀ ਮੁਲਾਜ਼ਮਾਂ ਦੀਆਂ ਜੇਬਾਂ ਭਰਨ ਗਿਆ ਅਦਾਲਤਾਂ ਦੇ ਕੇਸਾਂ ਦੀ ਲਾਈਨ ਲੱਗ ਗਈ ਕੋਈ ਨਫਟਾਰਾ ਹੁੰਦਾ ਨਾ ਨਹੀਂ ਲੰਦਾ 10 10 ਸਾਲ ਜ਼ਮਾਨਤਾਂ ਨਹੀਂ ਹੁੰਦੀਆਂ ਕੇਸਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਬਾਹਰ ਤਹਾਜੀ ਕੋਰ ਨੂੰ ਫਟਕਾਰਾਂ ਲਾ ਕੇ ਛੱਡਲੇ ਪੈਂਦੇ ਨਕਲੀ ਪਰਚੇ ਬਣਾ ਕੇ ਪੈਸੇ ਇਕੱਠੇ ਕਰੀ ਜਾਂਦੇ ਆ ਲੋਕਾਂ ਨੂੰ ਡਰਾ ਧਮਕਾ ਕੇ ਫਰੌਤੀਆਂ ਯੂਨੀਫਾਰਮ ਚ ਮਕੀ ਜਾਂਦੇ ਆ ਲੋਪਰ ਚੱਗੇ ਖਾਤੇ ਪੈਸੇ ਕਮਾ ਕੇ ਅੱਡ ਵਿਚਾਲੇ ਨੌਕਰੀ ਛੱਡ ਕੇ ਵਿਦੇਸ਼ਾਂ ਭੱਜ ਜਾਂਦੇ ਆ ਦਿੱਤੇ ਬਿਤੇਰੀ ਇਹਨਾਂ ਨੇ ਪੈਸਾ ਪ੍ਰਾਪਰਟੀ ਰੱਖੀ ਹੁੰਦੀ ਸਰਦੋਤ ਇਹ ਹਾਲ ਪੰਜਾਬ ਦਾ ਇਹ ਬਾਦਲਾਂ ਦੀ ਮਿਹਰਬਾਨੀ ਕਰਕੇ ਹੋਇਆ ਸਭ ਤੋਂ ਵੱਡਾ ਕਰਾਇ ਜਿਹੜਾ ਸੋਸਾਇਟੀ ਚ ਹੁੰਦਾ ਕਿਤੇ ਕੌਮ ਨੂੰ ਮਾਰਨਾ ਹੋਵੇ ਉਹਦਾ ਕਿਰਦਾਰ ਮਾਰ ਦਿਓ ਕਿਤੇ ਕੌਮ ਨੂੰ ਦਾ ਸਿਰ ਝਕਾਉਣਾ ਹੋਵੇ ਉਹਨਾਂ ਦੇ ਦਿਲ ਤੇ ਦਿਮਾਗ ਚ ਡਰ ਬਿਠਾ ਦਿਓ ਤੇ ਜੇ ਕਿਤੇ ਕੌਮ ਨੂੰ ਗੁਲਾਮ ਬਣਾਉਣਾ ਹੋਵੇ ਉਹਤੇ ਗਰੀਬੀ ਦਾ आलम ਲਿਆਓ ਹੋਰ ਤੱਤਿਆ ਨਾਸ ਕਰਨਾ ਹੋਵੇ ਤਾਂ ਸਕੂਲਾਂ ਕਾਲਜਾਂ ਦੀ ਹਾਲਤ ਵਿਗਾੜ ਦਈਏ ਨਾ ਲੋਕ ਪੜ੍ਹਨੇਗੇ ਨਾ ਉਹਨਾਂ ਨੂੰ ਅਕਲ ਆਉਗੀ ਨਾ ਤੁਹਾਡੇ ਬਰਾਬਰ ਖੜੇ ਹੋਣਗੇ ਸੋ ਇਹ ਸਾਰਾ ਕੁਝ ਦੋਸਤੋ ਬਾਜ਼ਲਾ ਰੇਕ ਕੀਤਾ এডੂਕੇਸ਼ਨ ਦਾ ਪੂਰਾ ਸਕੂਲ ਲੈਵਲ ਦਾ ਸਿਸਟਮ ਦਾ ਸਤਿਆਨਾਸ ਤੇ ਯੂਨੀਵਰਸਿਟੀਆਂ ਜਿਹੜੀਆਂ ਤੇ ਉੱਥੇ ਕਿੰਨੀ ਮੋਡੈਲਿਟੀ ਵਾਰਤੀ ਕਾਲਜਾਂ ਇਲੈਕਟ੍ਰੋਨਾ ਦੇ ਟੱਕਰ ਤੇ ਦਾਦਾ ਗਰੀ ਬਰਬਾਦ ਵਾਰਤੇ ਇਹ ਸਾਰਾ ਕੁਝ ਕਰਦੇ ਹੋਏ ਵਿਵਾਦਲ ਕਹਦੇ ਅਸੀਂ ਪੰਜਾਬ ਦੇ ਨੇਤਾ ਪ੍ਰਧਾਨ ਜੀ ਨੇ ਛੱਡਣੀ ਪਾਵੇ ਸਾਰੀ ਪਾਰਟੀ ਖਤਮ ਹੋ ਜਾਏ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੇ ਕਬਜ਼ਾ ਅਕਾਲ ਤਖਤ ਸਾਹਿਬ ਦੇ ਦੇਤੇਦਾਰਾਂ ਨੂੰ ਨੀਵਾ ਦਿਖਾਉਣਾ ਉਹਨਾਂ ਨੂੰ ਗਾਲ੍ਹਾਂ ਕੱਢਣੀਆਂ ਪਰਿਵਾਰ ਤੇ ਤੋਮਟਾਂ ਲਾਉਣੀਆਂ ਇਹ ਅਕਾਲੀ ਲੀਡਰਾਂ ਦਾ ਕੰਮ ਰਹਿ ਗਿਆ ਜਿਹਦੀ ਸ਼ੁਰੂਆਤ ਕ੍ਰਿਮੀਨੈਲਿਟੀ ਅਕਾਲੀ ਦਲਤ ਜਿਹੜੀ ਆ ਉਹ ਲਾਰਜ ਮਿਸਰੀ ਬਦ ਲਾਰਜ ਮਿਸਲੋਈ ਹੋਣਾਂ ਦੇ ਸਮੇਂ ਤੋਂ ਆਈ ਉਹਨਾਂ ਤੋਂ ਹੀ ਜਿਹੜੇ ਲੀਡਰ ਸੀ ਆਪਣੇ ਆਪ ਨੂੰ ਬਦਮਾਸ਼ ਸਮਝਣ ਲੱਗ ਗਏ ਜ਼ਮੀਨਾਂ ਤੇ ਕਬਜ਼ੇ ਪਾਲਿਟਿਕਸ਼ਨਾਂ ਨੇ ਵੀ ਕੀਤੇ ਤਨਖਾੜਾ ਨੇ ਵੀ ਕੀਤੇ ਪੁਲਿਸ ਅਫਸਰਾਂ ਨੇ ਵੀ ਕੀਤੇ ਤੇ ਨਾਲ ਦੀ ਨਾਲ ਬਦਮਾਸ਼ਾਂ ਨੇ ਵੀ ਕੀਤੇ ਇਹ ਉਹ ਜੇ ਕਾਲੀ ਧੰਦੇ ਇਕੱਲਾ ਇਕ ਜਮਾਤ ਨਹੀਂ ਕਰ ਸਕਦੀ ਸਾਰੇ ਮਿਲ ਹੀ ਪਕਤ ਹੁੰਦੀ ਆ ਇੱਕ ਦੂਜੇ ਨੂੰ ਕਿਤਨਾ ਕਿਤੋਂ ਬਧੇ ਚਾਈ ਦੇਂਦੇ ਇੱਕ ਦੂਜੇ ਦੀ ਪਿੱਠ ਠੋਕਦੇ ਆ ਸਰੋਤੋਂ ਇਹ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਇਹਦਾ ਕੀ ਸਜ਼ਾ ਮੇਰ ਸਾਖੀ ਲੋਕਾਂ ਨੇ ਆਪਣੀ ਸਜਾ ਸੁਣਾਤੀ ਪਲੀਤੀ ਕਾਲੀ ਅਕਾਲੀ ਦਲ ਰਾਜ ਜ਼ੀਰੋ ਹੈ ਰਸਤ ਲਾ ਉਹ ਤੋਂ ਮੁੜ ਕੇ ਖੜਾ ਹੋਣਾ ਬਹੁਤ ਔਖਾ ਨਜ਼ਰ ਆਉਂਦਾ ਹੁਣ ਇਲੈਕਸ਼ਨ ਲੜ ਲਈ ਇਹਨਾਂ ਨੂੰ ਕੈਂਡੀਡੇਟ ਨਹੀਂ ਲੱਭਦੇ ਚਾਰ ਜੇਮਨੀ ਟੋਣਾ ਦੇ ਕੈਂਡੀਡੇਟ ਕਾਲੀ ਦਲ ਨੂੰ ਸਮਝ ਨਹੀਂ ਆਉਦੀ ਕਿਥੋਂ ਲਿਆਈਏ ਲੀਡਰਾਂ ਦਾ ਪ੍ਰਧਾਨ ਜਿਹੜਾ ਉਹ ਤਨਖਾਹਿਆ ਇਕਰਾਰ ਦਿੱਤਾ ਗਿਆ ਇਹਨਾਂ ਦਾ ਸਪੋਕਸਪਰਸਨ ਮਿਰਤਾ ਸਿੰਘ ਬਲਟੋਆ ਉਹ ਹੈਡਮਾਸਟਰ ਵਾਇਸਰਾ ਪਹਕਾਉਂਦਾ ਸੀ ਪਾਣੀ ਦੇ ਬਾਲੇ ਤੇ ਉਹ ਲਾਉਡ ਇੱਕ ਗੋਲ ਜਾਂ ਪੰਪ ਤੇ ਰੱਖਿਆ ਹੁੰਦਾ ਸੀ ਪਿੱਛੇ ਕੁੱਤਾ ਬੈਠਾ ਹੁੰਦਾ ਸੀ ਨੂੰ ਕਹਦੇ ਸੀ ਹੈਡਮਾਸਟਰ ਵਾਇਸ ਸੋ ਹੈਡਮਾਸਟਰ ਵਾਇਸ ਨਾਲ ਕਈ ਨੇਤਾ ਤਾਂ ਦੂਜੇ ਪਾਸੇ ਚਲੇ ਗਏ ਸੁਧਾਰ ਲਹਿਰ ਤੇ ਸੁਧਰ ਗਏ ਜਦ ਸੁਧਾਰ ਨਾ ਹੋਦੇ ਆ ਜੇ ਤੁਸੀਂ ਦੇ ਪਾਸੇ ਅਜੇ ਵੀ ਭੌਕੇ ਹੈਗੇ ਜਿਹੜੇ ਆਪਣੇ ਮਾਲਕਾਂ ਦੀ ਆਵਾਜ਼ ਬੋਲਦੇ ਐ ਇਸ ਮਾਸਟਰਸ ਵਾਇਸ ਐਟ ਐਮ ਵੀ ਚੱਲਦਾ ਹੁੰਦਾ ਚੀ ਪਾਣੇ ਜੋ ਮਾਲ ਨੇ ਇਹ ਬਤੇਰੇ ਐਟ ਐਮ ਵੀ ਜਿਹੜੇ ਹੈਗੇ ਅੱਜ ਵੀ ਆਏ ਹੈਗੇ ਹੁਣ ਕਹਦਾ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਬਾਤ ਸਿੱਧੀ ਕੋ ਗੱਲ ਕਰ ਨਹੀਂ ਸਕਦੇ ਕੌਮ ਦੇ ਮਸਲਿਆਂ ਤੇ ਬੋਲ ਨਹੀਂ ਸਕਦੇ ਕਿਸੇ ਤੇ ਕਿਨਾਰੀਸਤਾਂ ਦੀ ਰੱਖਿਆ ਦੇ ਉਹਨਾਂ ਤੁਸੀਂ ਕਰੋਗੇ ਤਾਂ ਕੀ ਕਰੋਗੇ ਫਿਰ ਭੌਕੇ ਰੱਖਣੇ ਫਿਰ ਦੇ ਪਹਿਲੀ ਵਾਰੀ ਬੜੇ ਸਾਲ ਬਾਅਦ ਲਾਹਾਂ ਦੇ ਐਕਸੈਂਟ ਤੋਂ ਬਾਅਦ ਇਹਨਾਂ ਦੇ ਰਾਜਨੀਤੀ ਚੁਭਣ ਤੋਂ ਬਾਅਦ ਪਹਿਲੀ ਵਾਰੀ ਇਹ ਜਥੇਦਾਰ ਆਜ਼ਾਦੀ ਨਾ ਬੋਲਣ ਲੱਗੇ ਨੇ ਸਾਡੇ ਤਾਂ ਹੁਣ ਬੋਲਣ ਲੱਗੇ ਆ ਅਜ ਤੱਕ ਤਾਂ ਉਹ ਵੀ ਕਈ ਜਿਹੜੇ ਥੀ ਉਹ ਆਰਦੀ ਰਹੇ ਬੜੀ ਹੈਰਾਨੀ ਦੀ ਗੱਲ ਐ ਕੰਮ ਹੋਵੇ ਔਰ ਉਹਦੇ ਜਿਹੜੇ ਮੁਖੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਆਰਦੀ ਰਹੇ ਹੁਣ ਟੈਂਪਰੇਰੀ ਪੰਜਾਬ ਤੇ ਆਰਦੀ ਪੁਣੇ ਦਾ ਬਹੁਤ ਰਵਾਜ ਆ ਇੱਕ ਕਾਲੀ ਦਲਦਾਰ ਦੀ ਪ੍ਰਧਾਨ ਆਇਆ ਆਲਤੀ ਦੱਤੇਦਾਰ ਸਾਡਾ ਪੰਜਾਬ ਦਾ ਡੀਜੀ ਵੀ ਆਰਜੀ 2 ਸਾਲਾਂ ਤੋਂ ਚੱਲ ਰਿਹਾ ਡੀਡੀਪੀ ਤੋਂ ਬਾਅਦ ਕੋਈ ਜਿਹੜਾ ਉਹ ਆਰਜੀ ਚੱਲਦਾ ਪੱਕਾ ਇਤੇ ਕੁਝ ਵੀ ਨਹੀਂ ਆ ਪੱਕਾ ਇਸ ਕਰਕੇ ਨਹੀਂ ਕਿ ਜ਼ਿੰਮੇਵਾਰੀ ਕਿਤੇ ਸੌਂਦੀ ਨਹੀਂ ਆਰਜੀ ਕੰਮ ਕਰਦੇ ਰਹੋ ਤੇ ਬਾਤ ਕੋ ਗੜਬੜ ਹੋ ਗਈ ਤੇ ਛੱਡ ਕੇ ਦੂਜੇ ਪਾਸੇ ਬਹਿ ਜਾਓ ਆਰਜੀ ਬਹੁਤ ਬਤੇਰੇ ਮਿਲ ਜਾਂਦੇ ਆ ਪੱਕੇ ਬਹੁਤ ਘੱਟ ਮਿਲਦੇ ਆ ਸੋ ਇਹ ਤੇ ਇਹ ਆਣਾ ਤੋਂ ਅੰਗੂਠੇ ਲਵਾਏ ਗਏ ਕਦੇ ਰਾਮ ਰਹੀਮ ਨਾ ਬਾਪੀਏ ਮੰਗਦੇ ਗੁਟਰਾ ਲੋਲੇ ਅਕਦੇ ਕਿਸੇ ਹੋਰ ਇਸੂਤੇ ਕਦੇ ਰਿਸਪਾਲਟਿੰਗ ਨੂੰ ਕਢਣਾ ਕੋਈ ਜਿਹੜਾ ਬੰਦਾ ਇਹਨਾਂ ਦੇ ਅਕਲਾਪ ਹੋ ਜੇ ਉਹਨੂੰ ਕਢਣ ਲਈ ਇਹਨਾਂ ਨੇ ਤਾਕਤਾਂ ਦਾ ਇਸਤੇਮਾਲ ਕੀਤਾ ਅਰ ਸੋਣੀ ਕਮੇਟੀ ਤੇ ਅਬਜਾ ਕਬਜ਼ਾ ਰੱਖੜ ਲਈ ਇਹਨਾਂ ਨੇ ਕਿਹੜਾ ਹੋ ਜਾ ਹਿਲਾ ਜੜਾ ਨਹੀਂ ਵਰਤਿਆ ਅੱਜ ਦੇ ਦਿਨ ਚ ਵੀ ਐਸਟੀਪੀਸੀ ਦਾ ਪ੍ਰਧਾਨ ਇੱਕ ਵਕੀਲ ਹੋਣ ਦੇ ਨਾਤੇ ਅੰਦਰ ਖਾਤੇ ਬੋਲੀ ਬਾਦਲਾਂ ਦੀ ਬੋਲਦਾ 체크 ਕੌਮ ਦੀ ਬੋਲੀ ਕਿੰਨੇ ਇਸ਼ੂ ਨੇ ਕੌਮ ਦੇ ਉਹਨਾਂ ਤੇ ਕਦੇ ਡਿਸਕਸ਼ਨ ਨਹੀਂ ਹੁੰਦੀ ਐਨਵਲ ਰਿਪੋਰਟ ਲਈ ਦੇਖੋ ਤਾਂ ਕੋਈ ਹੁੰਦੀ ਆ ਪਿਛਲੇ ਟਾਲੀਆਂ ਸਾਲਾਂ ਤੋਂ ਐਸਟੀਪੀਟੀ ਦੇ ਐਨਵਲ ਰਿਪੋਰਟ ਚੋ ਇਹ ਗੱਲਾਂ ਇੰਨੇ ਗੁਰਦੁਆਰੇ ਅੰਦੇ ਸਕੂਲ ਇੰਨਾ ਕਰਤਾ ਇੰਨਾ ਪ੍ਰਬੰਧ ਕੀ ਕਰਤਾ ਨਾ ਉਹ ਵੀ ਕੋਈ ਨਵੀਂ ਚੀਜ਼ ਐਡ ਹੁੰਦੀ ਨਹੀਂ ਕਿਤੇ ਨਵੇਂ ਸਕੂਲ ਦਾ ਨਾ ਨਹੀਂ ਆਉਂਦਾ ਕਿਤੇ ਨਵੇਂ ਕਾਲਜ ਦਾ ਨਾ ਨਹੀਂ ਆਉਂਦਾ ਕਿਤੇ ਨਵੇਂ ਹਸਪਤਾਲ ਦਾ ਨਾ ਨਹੀਂ ਆਉਂਦਾ ਕਾਲੀਆਂ ਬਲਾਜਮਾਂ ਤੇ ਮਰੀਜ਼ਾਂ ਦੀਆਂ ਤਨਖਾਹਾਂ ਦਾ ਜ਼ਿਕਰ ਜੋ ਹਰ ਸਾਲ ਬਾਦੀਆਂ ਤੇ ਆਪਣੀਆਂ ਮੈਂਬਰਾਂ ਦੀਆਂ ਆਪਣੀਆਂ ਤਨਖਾਹਾਂ ਆਪਣੀਆਂ ਕਾਰਗੁਜ਼ਾਰੀ ਜਿਹੜੀ ਉਹ ਦਿਖਾਉਂਦੇ ਰਹਿੰਦੇ ਆ ਕੋਈ ਸਾਰਤਕ ਤੱਤ ਸਾਹਮਣੇ ਨਹੀਂ ਆਉਂਦਾ ਔਰ ਕੰਮ ਚੁੱਪ ਜਦੋਂ ہماری ਦੀ ਕੋਈ ਗੱਲ ਹੁੰਦੀ ਆ ਉਦੋਂ ਪੰਤ ਨੂੰ ਖਾਤਰਾ ਲੇਕਨ ਅੱਜ ਕਾ ਲੋਕੋ ਨਾਰੇ ਨੂੰ ਸਭ ਦੇ ਕੋਈ ਇਹ ਨਾਲ ਖੜਾ ਨਹੀਂ ਹੁੰਦਾ ਤੇ ਹੁਣ ਵੇ ਭਿੰਗਵਾਏ ਲੱਗ ਗਿਆ ਬੀਜੇਪੀ ਜਿਹੜੇ ਸਿੱਖ ਨੂੰ ਬਦਨਾਮ ਕਰਨਾ ਹੋਵੇ ਇਹ ਬੀਜੇਪੀ ਦਾ 에ਜੰਟ 에ਜੰਟੀਆਂ ਦਾ ਵੰਦਾ ਲੜੀ ਜਾਂਦੇ ਇੱਕ ਜਿੱਤੇ ਇਲਜ਼ਾਮ ਲਾਈ ਦਿੰਦੇ ਉਹ ਇਹਨਾਂ ਨੂੰ 에ਜੰਟ ਕਹਿੰਦੇ ਉਹਨਾਂ ਨੂੰ 에ਜੰਟ ਕਹਿੰਦੇ ਹੁਣ ਜਿਹੜੇ ਅਕਾਲੀ ਦਲ ਦੇ ਮੈਂਬਰ ਜਥੇਦਾਰ ਸਾਹਿਬਾਂ ਨੂੰ 에ਜੰਟ ਕਹਿਣ ਲੱਗੇ ਬੀਜੇਪੀ ਦੇ ਤੁਸੀਂ ਦੱਸੋ ਕੌਮ ਜਾਏਗੀ ਤਾਂ ਕਿੱਧਰ ਜਾਏਗੀ ਇਹ ਪੂਰੇ ਨਗਰ ਦਾ ਕਾਰਨ ਵੀ ਬਾਦਲ ਪਰਵਾਰ ਕਿੰਨੀਆਂ ਦੇਣਾ ਤੁਸੀਂ ਬਾਗਲਾਂ ਦੀਆਂ ਗਿਣੋਗੇ ਸਾਂਤ ਨਹੀਂ ਆਉਂਕ ਪੰਜਾਬ ਦਾ ਤਾਂ ਬੁਰਾ ਹਾਲ ਹੋਇਆ ਹਰ ਪਾਸੇ ਉਹ ਤੇ ਇਹਨਾਂ ਦਾ ਆਪਣਾ ਚੰਗਾ ਹੀ ਚੰਗਾ ਹੋਇਆ ਕਿੰਨੀਆਂ ਜ਼ਮੀਨਾਂ ਹੋਰ ਬਣ ਗਈਆਂ ਕਿੰਨੇ ਹੋਟਲ ਖੁੱਲ੍ਹੇ ਕਿੰਨੇ ਰਿਜ਼ੋਰਟ ਬੜ ਗਏ ਕਿੰਨੀਆਂ ਬੱਸਾਂ ਆ ਗਈਆਂ ਕਿੰਨੇ ਇਹਨਾਂ ਦੇ ਡਰਾਈਵਰ ਵਧ ਗਏ ਕਿੰਨੇ ਕੰਡਕਟਰ ਵਧ ਗਏ ਉਹ ਸਾਰਾ ਕੁਝ ਤੁਸੀਂ ਸਾਰੇ ਚੱਕੀ ਤਰ੍ਹਾਂ ਜਾਣਦੇ ਹੋ ਜੇ ਅਗੁੱਤਾਂ ਗਾ ਬਿਜ਼ਨਸ ਚੱਲਦਾ ਤੇ ਇੱਥੇ ਹਿੱਸਾ ਮੰਗ ਲੈਂਦਾ ਸੀ ਬਹੁਤ ਸਾਰੇ ਲੋਕਾਂ ਨੇ ਪੰਜਾਬ 'ਚ ਪੈਸਾ ਲੋਣਾ ਬੰਦ ਕਰਤਾ ਮੈਂ ਕਈ ਲੋਕਾਂ ਨੂੰ ਜਾਣਦਾ ਜਿਹੜੇ ਇੱਥੇ ਕੋਈ ਨਾ ਕੋਈ ਬਿਜ਼ਨਸ ਕਰਨਾ ਚਾਹੁੰਦੇ ਸੀ ਬਿਲਡਿੰਗ ਦੇ ਸਾਰੇ ਸ਼ੁਰੂ ਕੀਤੀ ਤੇ ਬੰਦੇ ਪਾਹਣ ਜਾਂਦੇ ਸੀ ਦਸਤ ਪਰ ਚੱਲਦੇ ਹਿੱਸਾ ਬਾਦਲਾਂ ਦਾ ਕੋਈ ਬੰਦਿਆਂ ਨੇ ਕੰਮ ਹੀ ਬੰਦ ਕਰਤਾ ਅੱਜ ਤੱਕ ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਜਿਹੜੇ ਸ਼ੁਰੂ ਹੋਣੇ ਸੀ ਉਹ ਨੀਹਾਂ ਮੀਆਂ ਕੰਦਾ ਬਣ ਕੇ ਵੱਧ ਪਏ ਨੇ ਦੂਜੇ ਪਾਥੇ ਤੁਸੀਂ ਕੰਮ ਕੱਲ ਕਰਦੇ ਹੋ ਪੰਜਾਬ ਦੀ ਜਾਂ ਕੌਮ ਦੀ ਛੱਡਿਆ ਤੁਸੀਂ ਕਿਸੇ ਨੂੰ ਨਹੀਂ ਨਾ ਇਹ ਕੁਰਸੀ 'ਤੇ ਢਣ ਨੂੰ ਤਿਆਰੋਂ ਪ੍ਰਧਾਨਗੀ ਅਜੇ ਤੱਕ ਨਹੀਂ ਛੱਡੀ ਤੁਸੀਂ ਦੇਖੋ ਬੇਸ਼ਰਮੀ ਦੀ ਹੱਦ ਹੁੰਦੀ ਆ ਰਿਸ਼ਤੇਦਾਰਾਂ ਦੇ ਤੁਹਾਡੇ ਤਿੰਨੇ ਕੇਸ ਤੜਕੇ ਕਿਸ ਦਾ ਨਾਂ ਕਿੱਟਾ ਪੈ ਗਿਆ ਕਿਸ ਦਾ ਨਾਂ ਕਾਲਾ ਪੈ ਗਿਆ ਤੁਸੀਂ ਫੇਰ ਵੀ ਬੜੀ ਸਾਲ ਨਾਲ ਪ੍ਰੈਸ ਕਾਨਫਰੰਸਾਂ 'ਚ ਆ ਕੇ ਵੱਡੇ ਵੱਡੇ ਦਾਅਵੇ ਕਰਦੇ ਹੋ ਕਮਾਲ ਹੈ ਲੋਕਾਂ ਨੂੰ ਅਜੇ ਤੱਕ ਵੀ ਕੁਝ ਮਰੀ ਮੋਟੀ ਜਿਹੜੀ ਅਮੀਰ ਆ ਤੁਹਾਡੇ ਕੋਲੋਂ ਸਿਰ ਫੇਸ ਕਰਕੇ ਉਹ ਕਾਮ ਨੂੰ ਮੰਨਦੇ ਨੇ ਉਹ ਧਰਮ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਬਾਪ ਦਾਦਿਆਂ ਨੇ ਅਕਾਲੀ ਦਲ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਮੋਰ ਚ ਲੜੇ ਹੋਏ ਜੇਹਾਂ ਕਟੀਆਂ ਹੋਈਆਂ ਤੁਹਾਡੇ ਅੰਕੂ ਗੈਸਟ ਹਾਊਸਾਂ ਤੇ ਬਹਿ ਕੇ ਟੈਨਸ਼ਨਾਂ ਨਹੀਂ ਕਟੀਆਂ ਐਮਰਜੈਂਸੀ ਵੇਲੇ ਜਦੋਂ ਆਮ ਆਦਮੀ ਤਾਂ ਢੇਲਣਾ ਚ ਤੁਨੇ ਗਏ ਤੇ ਬਾਦਲ ਸਾਹਿਬ ਮਸੂਰੀ ਦੇ ਇੱਕ 5 ਸਟਾਰ ਸਰਕਾਰੀ ਗੈਸਟ ਹਾਊਸ ਚ ਰਹ ਰਹੇ ਸੀ ਇਹ ਸਾਰੇ ਮਿਲੇ ਅੰਦਰੋਂ ਲੋਕਾਂ ਨੂੰ ਦੱਸਣ ਲਈ ਢੇਰ ਚੱਲੇ ਆ ਤੇ ਰਹਦੇ ਸੀ ਪਾਈਪਸਟਾਰਪਸਟਿਲਿਟੀ ਸਾਰਾ ਕੁਝ ਮਿਲਦਾ ਸੀ ਨੌਕਰ ਚਾਕਰ ਵੀ ਇਹਨਾਂ ਦੇ ਨਾਲ ਰਹਿੰਦੇ ਸੀ ਦੰਤੇ ਵੀ ਨਾਲ ਰਹਦੇ ਸੀ ਇਹ ਨੂੰ ਜੇ ਤੁਸੀਂ ਜੇਲ੍ਹ ਕਹਿੰਦੇ ਹੋ ਟੀਵੀ ਜੇਲ੍ਹ ਤਾਂ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਫਿਰ ਸੋ ਦੋਸਤੋ ਦੇਸ਼ ਦਾ ਪੰਜਾਬ ਦਾ ਭਲਾ ਉਦੋਂ ਹੀ ਹੋਣਾ ਜਦੋਂ ਤੁਹਾਡੇ ਚ ਹਸਪਤਾਲਾਂ ਦੀ ਗਿਲਤੀ ਘਟੇਗੀ ਵਧੇਗੀ ਨਹੀਂ ਨਹੀਂ ਜੇਲਾਂ ਦੀ ਗਿਣਤੀ ਘਟੇਗੀ ਨਵੀਆਂ ਜੇਲਾਂ ਨਹੀਂ ਬਣਨਗੀਆਂ ਦਾ ਮਤਲਬ ਕਰਾਇਮ ਘਟ ਹੋਊਗਾ ਲੋਕ ਬਿਮਾਰ ਘਟ ਹੋਣਗੇ ਔਰ ਇੱਕ ਜਿਹੜਾ ਕਿਸਾਨਾਂ ਦਾ ਇਸ ਕੋਈ ਵੀ ਸਰਕਾਰ ਸਾਉ ਨਹੀਂ ਕਰਦੀ ਜਾਂ ਸ਼ਾਇਦ ਕਿਸਾਨਾਂ ਨੂੰ ਕੋਈ ਵੀ ਮਸਲਾ ਸੁਲਝਾਉਣਾ ਨਹੀਂ ਚਾਹਦੇ ਜਿੱਦਣ ਉਹਨਾਂ ਦੇ ਮਸਲੇ ਸੁਲਝ ਕੇ ਉਹਨਾਂ ਦੀ ਲੀਡਰਸ਼ਿਪ ਖਤਮ ਹੋ ਜਾਣੀ ਹੈ ਖਤਮ ਤਾਂ ਬੈਥੇ ਵੀ ਹੈ ਇੱਕ ਕਿਸਾਨ ਮੂਵਮੈਂਟਾਂ ਵੀ ਅੱਧੀਆਂ ਅਕਾਲੀਆਂ ਨੇ ਸ਼ੁਰੂ ਕੀਤੀ ਹਸੀ ਅੱਧੀਆਂ ਕਾਮਰੇਡਾ ਨੇ ਆਂਦੀ ਵੀ ਜਨੋ ਕਿਤੇ ਮਾਰੀ ਦੀ ਗੱਲ ਹੋ ਜੇ ਸਾਰਕਾ ਰੇਲ ਗੱਡੀ ਰੋਕ ਲੋ ਰਹਿੰਦੀ ਕੁੰਦੀ ਪੰਜਾਬ ਦੀ ਹੈ ਜਿਹੜੀ ਅਰਥਵਵਸਥਾ ਉਹ ਮੋਰਚਿਆਂ ਤੇ ਧਰਨਿਆਂ ਨੇ ਖਤਮ ਕਰਤੀ ਬਾਹਰਲਾ ਤੋਂ ਇਲਾਵਾ ਦੂਜਾ ਸਭ ਤੋਂ ਮਾਰਾ ਕੰਮ ਜਿਹੜਾ ਇਹ ਰੋਜ਼ ਦੇ ਧਰਨੇ ਮੋਰਚੇ ਲੋਕਾਂ ਨੂੰ ਤਕਲੀਫਾਂ ਗਨਵਾਇਨੀ ਤਾਂ ਆਪਣੇ ਆਪ ਨੂੰ ਇੰਨੇ ਵੱਡੇ ਕਿਸਾਨ ਆਗੂ ਕਹਿਣ ਵਾਲੇ ਇਲੈਕਸ਼ਨ ਲੜਦੇ ਆ ਤੇ ਆਹਨੀਆਂ ਜ਼ਮਾਨਤਾਂ ਜਬਤ ਹੋ ਜਾਂਦੀਆਂ ਹਜ਼ਾਰ ਬੰਦਿਆਂ ਨੂੰ ਵੋਟ ਨਹੀਂ ਪਉਂਦੀ ਫਿਰ ਵੀ ਆਪਣੇ ਆਪ ਨੂੰ ਲੀਡਰ ਸਮਝਦੇ ਆ ਇਹ بڑا ਦੁਖਾਂਤ ਹੈ ਪੰਜਾਬ ਦਾ ਕਿ ਸੀਰੀਅਸਲੀ ਕੋਈ ਵੀ ਕਿਤੇ ਮੁੱਦੇ ਨੂੰ ਨਹੀਂ ਲੈਂਦਾ ਆਪੋ ਤਾਂ ਪੀੜੀ ਮੱਤੀ ਹੋਇਆ ਨਾਰਕੀ ਵਾਲੀ ਸਟੇਟ ਹੈ ਪਤਾ ਨਹੀਂ ਇਹ ਰਾਜ ਕਿੱਧਰ ਨੂੰ ਜਾਊਗਾ ਲੇਕਿਨ ਬਾਦਲ ਪਰਿਵਾਰ ਨੂੰ ਰਾਤ ਯਾਦ ਰੱਖਿਆ ਜਾਏਗਾ ਕਿ ਅੱਜ ਦਿਨ ਪੰਜਾਬ ਦੀ ਜੋ ਹਾਲਤ ਹੈ ਅਗਰ ਸਾਰੀਆਂ ਪੋਲੀਟੀਕਲ ਪਾਰਟੀਆਂ ਛੱਡ ਦੇ ਪਰਿਵਾਰਾਂ ਨਾਲ ਢਾਈਏ ਤੇ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਇਹ ਇੱਕ ਨੰਬਰ ਦੀ ਫੈਮਿਲੀ ਸੀ ਜਿਹੜੀ ਇੱਕ ਜ਼ਮਾਨੇ ਇਹ ਪਰਿਵਾਰ ਨੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ ਜਿਹੜਾ ਕਰਾਇਮ ਕਤਲ ਪਰੌਤੀਆਂ ਨਾਸੇ ਹਥਿਆਰ ਪੰਜਾਬ ਚ ਲਿਆਉਣ ਦਾ ਕੰਮ ਕੀਤਾ ਉਹ ਮਾਫ ਨਹੀਂ ਕੀਤਾ ਜਾ ਸਕਦਾ ਉਹਨਾਂ ਦੀਆਂ ਜਨਰੇਸ਼ਨ ਜਿਹੜੀਆਂ ਉਹ ਕਦੇ ਮਾਫ ਨਹੀਂ ਕਰਨੀਆਂ ਤੇ دوستੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ